ਅਤੇ ਦੁਨੀਆ 'ਚ 80% ਫੁੱਦੂ ਬੰਦੇ ਆ ਟੋਟਲੀ, 15% ਬੰਦੇ ਸਮਝਦਾਰ ਆ, 5% ਬੰਦੇ ਸੁਪਰੀਮ ਲੈਵਲ 'ਤੇ ਆ ਵੀ ਜਿਹੜੇ ਦੂਜਿਆਂ ਦੇ ਹਿੱਤਾਂ ਲਈ ਉਹ ਜਿਉਂਦੇ ਆ। 80% ਫੁੱਦੂ ਬੰਦੇ ਕਿਹੜੇ ਆ ਜਰਾ ਸਮਝੋ, ਜਿਹੜੇ ਬਿਨਾਂ ਗੱਲੋਂ ਮਗਰ ਕਿਸੇ ਨੂੰ ਹਾਰਨ ਮਾਰਦੇ ਰਹਿੰਦੇ ਆ ਇਹ ਦੇਖਦੇ ਹੋਏ ਵੀ ਕਿ ਉਹਦੇ ਅੱਗੇ ਕੋਈ ਸਾਧਨ ਹੈਗਾ ਏ। ਜਿਨ੍ਹਾਂ ਨੂੰ ਇਹ ਹੁੰਦਾ ਕਿ ਮੈਂ ਲੰਘ ਜਾਂ ਹਾਰਨ 'ਤੇ ਹੱਥ ਰੱਖ ਕੇ, ਦੂਜੇ ਦੇ ਕਿੰਨਾ ਵੀ ਭਾਰਾ ਸਮਾਨ ਆ, ਕੋਈ ਉਹ ਬਜ਼ੁਰਗ ਆ, ਕੋਈ ਉਹ ਰਿਕਸ਼ਾ ਖਿੱਚ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਗਾ, ਦੂਜੇ ਦੀਆਂ ਭਾਵਨਾਵਾਂ ਉਹ ਸਮਝ ਨਹੀਂ ਸਕਦੇ, ਉਹਨਾਂ ਨੂੰ ਆਪਦਾ ਹਿੱਤ, ਉਹਨਾਂ ਦੀ ਬੁੱਧੀ ਜਾਨਵਰ ਬੁੱਧੀ ਟਾਈਪ ਹੁੰਦੀ ਆ, ਆਪਦੀ ਮੈਂ ਅਤੇ ਆਪਦਾ ਨਿੱਜ ਜ਼ਿਆਦਾ ਦਿਖਦਾ ਗਾ। ਦੂਜੀ ਉਦਾਹਰਣ ਤੁਹਾਨੂੰ ਦਿੰਦਾ ਗਾ, ਜਦੋਂ ਆਪਾਂ ਕਿਸੇ ਸਰਕਾਰੀ ਕੰਮ ਜਾਂਦੇ ਹਾਂ, ਫੋਰ ਐਗਜ਼ਾਮਪਲ ਬੈਂਕ ਦੇ ਵਿੱਚ ਹੀ ਜਾਂਦੇ ਹਾਂ, ਤਾਂ ਲਾਈਨ ਲੱਗੀ ਆ, ਕੋਈ ਬੰਦਾ ਆ ਕੇ ਤੁਹਾਡੇ ਉੱਤੋਂ ਦੀ ਤੁਹਾਡੇ ਮੋਢੇ ਉੱਤੋਂ ਦੀ ਆਪਦੀ ਕਾਪੀ ਰੱਖੇ ਜਾਂ ਆਪਦਾ ਸਮਾਨ ਰੱਖੇ ਕਿ ਪਹਿਲਾਂ ਮੈਂ ਜਾਣਾ ਗਾ, ਕਤਾਰ ਦੀ ਉਲੰਘਣਾ ਕਰੇ, ਸਾਰੇ ਲੋਕ ਉਹਦੇ ਮੂੰਹ ਵੱਲ ਵੇਖਦੇ ਹੋਣ ਅਤੇ ਉਹ ਢੀਠ ਬਣ ਕੇ ਉਹ ਆਪਦਾ ਕੰਮ ਮੂਹਰੇ ਕਰਾ ਕੇ ਜਾਵੇ, ਇਹ ਫੁੱਦੂ ਬੰਦੇ ਹੁੰਦੇ ਆ। ਉਹਨਾਂ ਨੂੰ ਨਹੀਂ ਪਤਾ ਹੁੰਦਾ ਗਾ ਕਿ ਬਾਕੀ ਲੋਕ ਵੀ ਖੜ੍ਹੇ ਆ, ਉਹਨਾਂ ਦਾ ਸਮਾਂ ਵੀ ਕੀਮਤੀ ਆ, ਉਹ ਵੀ ਅਨੁਸ਼ਾਸਨ ਦੇ ਵਿੱਚ ਖੜ੍ਹੇ ਆ। ਇਹ ਫੁੱਦੂ ਬੰਦਿਆਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਆ। ਹੋਰ ਤੁਹਾਨੂੰ ਮੈਂ ਦੱਸਦਾ, ਜਦੋਂ ਕੋਈ ਟ੍ਰੇਨਾਂ ਦੇ ਵਿੱਚ ਚੜ੍ਹਨਾ, ਜਿਹਨਾਂ ਟ੍ਰੇਨਾਂ 'ਚ ਸਫ਼ਰ ਕੀਤਾ ਹੋਊ ਜਾਂ ਬੱਸ ਦੇ ਵਿੱਚ ਚੜ੍ਹਨਾ ਗਾ, ਉਹ ਰੁਬੜਾ ਬਣਾ ਕੇ ਉਹਨਾਂ ਨੂੰ ਹੁੰਦਾ ਕਿ ਪਤਾ ਨਹੀਂ ਮੈਂ ਨਾ ਰਹਿ ਜਾਂ ਕਿਤੇ ਵਿੱਚ ਦੀ ਲੰਘ ਕੇ, ਕਿ ਮੈਂ ਪਹਿਲਾਂ ਬਹਿ ਜਾਂ ਜਾ ਕੇ। ਇਹੋ ਜਿਹੇ ਬੰਦੇ ਜਦੋਂ ਕੋਈ ਖਾਣ ਪੀਣ ਦਾ ਫ੍ਰੀ ਦਾ ਪ੍ਰੋਗਰਾਮ ਹੁੰਦਾ, ਇਹ ਉੱਥੇ ਵੀ ਸਾਰਿਆਂ ਨਾਲੋਂ ਮੂਹਰੇ ਹੁੰਦੇ ਆ, ਭਾਵੇਂ ਉਹਨਾਂ ਤੋਂ ਚੀਜ਼ ਖਾਧੀ ਨਾ ਜਾਵੇ ਪਰ ਸਾਰਿਆਂ ਨਾਲੋਂ ਵੱਧ ਭਰ ਕੇ ਖੋ ਕੇ ਲੈ ਕੇ ਆਉਣਗੇ, ਮਗਰ ਕੋਈ ਕਿਸੇ ਨੂੰ ਬਚੇ ਨਾ ਬਚੇ, ਇਹ ਉਹਨਾਂ ਦੀ ਮੈਂਟੈਲਿਟੀ ਹੁੰਦੀ ਆ ਕਿ ਮੈਂ ਕੋਈ ਮੱਲ ਮਾਰ ਲਈ ਆ। ਫਿਰ ਇੰਟਰਨੈਟ 'ਤੇ ਵੀ ਬਹੁਤ ਮਿਲਦੇ ਆ ਇਹ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਗਾ, ਨਾ ਇਹਨਾਂ ਨੇ ਪੂਰੀ ਵੀਡੀਓ ਦੇਖੀ ਹੁੰਦੀ ਆ, ਫੇਕ ਬਕਵਾਸ ਵਿਦਵਾਨ ਵਟ ਐਵਰ ਕੁਛ ਵੀ ਉਹ ਲਿਖ ਦੇਣਗੇ ਜੋ ਉਹਨਾਂ ਦੀ ਥਿੰਕਿੰਗ ਆ, ਮਤਲਬ ਉਹਨਾਂ ਨੂੰ ਪੂਰੀ ਗੱਲ ਸਮਝਣ ਨੂੰ ਹੀ ਨਹੀਂ ਆਉਂਦੀਗੀ ਕਿ ਕੋਨਸੈਪਟ ਕੀ ਆ ਵੀਡੀਓ ਦਾ। ਜਿਹੜੇ ਸੜਕਾਂ ਦੇ ਵਿੱਚ, ਜਿਹੜੇ ਇਹ ਕਾਰਾਂ ਦੇ ਵਿੱਚ ਵੀ ਹੁੰਦੇ ਆ, ਇਹ ਸਕੂਟਰੀਆਂ 'ਤੇ ਵੀ ਹੁੰਦੇ ਆ, ਇਹਨਾਂ ਨੇ ਜਿੱਥੇ ਵੀ ਕਰਨੀ ਹੁੰਦੀ ਆ, ਵੱਧ ਸਲੂਕੀ ਕਰਨੀ ਹੁੰਦੀ ਆ ਦੂਜੇ ਨਾਗਰਿਕਾਂ ਨਾਲ, ਦੂਜੇ ਨਾਗਰਿਕਾਂ ਤਾਂ ਇਹ ਹਿੱਤ ਖਾਣੇ ਹੁੰਦੇ ਆ, ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੁੰਦੇ ਆ ਉਹਨਾਂ ਦੀ ਉਲੰਘਣਾ ਕਰਨੀ ਹੁੰਦੀ ਆ। ਜਿਹੜੇ 15% ਦੇ ਵਿੱਚ ਆਉਂਦੇ ਆ ਉਹ ਲੋਕ ਐਜੂਕੇਟਡ ਹੁੰਦੇ ਆ, ਸਮਝਦਾਰ ਹੁੰਦੇ ਆ, ਉਹ ਨਾ ਤਾਂ ਉੱਚੀ ਹਾਰਨ ਮਾਰਨਗੇ ਜੇ ਆਸੇ ਪਾਸੇ ਲੋਕ ਆ, ਉਹ ਰਿਸਪੈਕਟ ਕਰਦੇ ਆ ਲੋਕਾਂ ਦੀ ਪ੍ਰਾਈਵੇਸੀ ਦੀ, ਵੀ ਕੋਈ ਡਿਸਟਰਬ ਨਾ ਹੋਵੇ, ਕੋਈ ਮਰੀਜ਼ ਨਾ ਹੋਵੇ, ਉਹ ਸੜਕ 'ਤੇ ਵੀ ਜਾਣਗੇ, ਉਹ ਕਦੇ ਵੀ ਦੇਖ ਕੇ ਬਿਲਕੁਲ ਉਹਦੀ ਲੰਘਣਗੇ ਜਦੋਂ ਰਸਤਾ ਹੋਊਗਾ, ਡਿਸਟਰਬ ਨਹੀਂ ਕਰਦੇਗੇ, ਕਿਸੇ 'ਤੇ ਮਿੱਟੀ ਨਾ ਪੈਣ ਦੇਣਗੇ ਨਜਾਇਜ਼, ਕਿਸੇ 'ਤੇ ਚਿੱਕੜ ਨਾ ਪੈਣ ਦੇਣਗੇ। ਜਿਹੜੇ ਕਿ ਜਿਹੜੇ ਲਾਈਨ ਦੇ ਵਿੱਚ ਖੜ੍ਹੇ ਆ, ਕੋਈ ਬਜ਼ੁਰਗ ਆ, ਉਹਨਾਂ ਨੂੰ ਅੱਗੇ ਲੰਘ ਜਾਣ ਦੇਣਗੇ ਪਰ ਉਹ ਬੋਲਦੇ ਨਹੀਂ ਹੈਗੇ, ਉਹ ਆਪ 10 ਮਿੰਟ ਵੱਧ ਖੜ੍ਹੇ ਰਹਿਣਗੇ। ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਜੈਂਟਲਮੈਨ ਉਹ ਬਹੁਤ ਘੱਟ ਆ, ਮੂਰਖ ਲੋਕਾਂ ਨਾਲ ਜ਼ਿਆਦਾ ਦੁਨੀਆ ਭਰੀ ਪਈ ਆ, ਇਹ ਥਾਂ ਥਾਂ 'ਤੇ ਫਿਰਦੇ ਆ। ਜੇ ਤੁਸੀਂ ਯੂਰਪ ਜਾਓਗੇ, ਆਹ ਡੈਨਮਾਰਕ, ਜਪਾਨ, ਸਵਿਟਜ਼ਰਲੈਂਡ, ਜਰਮਨੀ, ਇੱਥੇ ਜਿਹੜੇ ਲੋਕ ਆ ਇਹ ਸਮਝਦਾਰ ਆ, ਇੰਟੈਲੀਜੈਂਟ ਆ। ਇੱਥੇ ਨੂੰ ਲੋਕ ਡਿਵੈਲਪ ਕੰਟਰੀਆਂ ਨੂੰ ਕਿਉਂ ਭਾਈਦੇ ਆ ਕਿ ਉੱਥੋਂ ਦੀ ਲੋਕ ਅਨੁਸ਼ਾਸਨ ਨੂੰ ਮੰਨਦੇ ਆ, ਕਾਨੂੰਨ ਨੂੰ ਮੰਨਦੇ ਆ। ਜਿਹੜੇ ਆਪਣੀਆਂ ਕੰਟਰੀਆਂ ਦੇ ਵਿੱਚ ਜਿਹੜੇ ਐਜੂਕੇਟਡ ਬੰਦੇ ਫਸ ਜਾਂਦੇ ਆ, ਉਹ ਕਿਉਂ ਮੂਵ ਹੋਣਾ ਚਾਹੁੰਦੇ ਆ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਸਾਡੇ ਰਹਿਣ ਦੇ ਲਾਇਕ ਹੀ ਨਹੀਂ ਹੈਗਾ ਏਰੀਆ, ਇੱਥੋਂ ਦੇ ਲੋਕ ਜਾਹਲ ਆ। ਇਸ ਸਾਰੇ ਕਾਰਨ ਮਿਲ ਕੇ ਕਈ ਬੰਦੇ ਤਾਂ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਨਿਕਲਦੇ ਆ ਕਿ ਯਾਰ ਮੈਂ ਕਿੱਥੇ ਫਸ ਗਿਆ, ਦੱਸੋ ਤੁਸੀਂ ਮੈਨੂੰ ਇਹ ਗੱਲਾਂ ਦੇ ਵਿੱਚ ਸੱਚਾਈ ਹੈਗੀ ਜਾਂ ਨਹੀਂ ਹੈਗੀ, ਕਿੰਨੇ ਪਰਸੈਂਟ ਲੋਕ ਤੁਹਾਨੂੰ ਮੂਰਖ ਇੱਥੇ ਫਿਰਦੇ ਆ ਅਤੇ ਕਿੰਨੇ ਕੁ ਪਰਸੈਂਟ ਸਮਝਦਾਰ ਤੁਹਾਨੂੰ ਦਿਖਾਈ ਦਿੰਦੇ ਆ।
ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਟਸ ਗੁਰੂ।